ਸਾਰੀ ਦੁਨੀਆ ਵਿੱਚ ਸਾਰੀ ਸਿੱਖ ਸੰਗਤ ਇੱਕ ਦਿਨ ਇਹ ਇੱਕ ਦਿਹਾੜੇ ਨੂੰ ਉਡੀਕਦੇ ਆ, ਪਰ ਇਹਦੇ ਵਿੱਚ ਗਿਆਨੀ ਗੁਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀ ਆ। ਕਈ ਵਾਰੀ ਅਸੀਂ ਇੱਦਾਂ ਦੀ ਕੋਈ ਗੱਲ ਕਰ ਦਿੰਦੇ ਹਾਂ, ਗੱਲ ਕੌੜੀ ਲੱਗਦੀ ਆ, ਕਈ ਵਾਰੀ ਗੱਲ ਕਰਦੇ ਗੱਲ ਅੱਧੀ ਰਹਿਣ ਦੀ ਵਿੱਚ, ਪਰ ਜਿਹੜੀ ਅਸੀਂ ਗੱਲ ਕਰਦੇ ਸਿੱਧੀ ਗੱਲ ਕਰਨੀ ਆ। ਤਾਂ ਜੇ ਤੁਸੀਂ ਪੋਲੀਟੀਸ਼ਨ ਸੱਦ ਰਹੇ ਹਾਂ ਅਤੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਜਿਹੜੀ ਗੁਰੂ ਸਾਹਿਬ ਨੇ ਜ਼ੁਲਮ ਦੇ ਖਿਲਾਫ ਗੱਲ ਕੀਤੀ, ਇਨਸਾਨੀਅਤ ਦੀ ਗੱਲ ਕੀਤੀ, ਬੇਇਨਸਾਫੀ ਦੇ ਸਾਹਮਣਾ ਕੀਤਾ, ਤਾਂ ਜਿਹੜੇ ਪੋਲੀਟੀਸ਼ਨ ਉਹ ਸਟੇਜ 'ਤੇ ਆਉਗੇ ਇਹ ਤਿੰਨੇ ਚੀਜ਼ਾਂ ਦੇ ਵਿੱਚ ਕੀ ਕਰ ਰਹੇ ਆ, ਅਤੇ ਤੁਸੀਂ ਇੱਕ ਉਹ ਗੁਰੂ ਦੇ ਨਾਂ 'ਤੇ ਉਹਨੂੰ ਸੱਦ ਰਹੇ ਹਾਂ ਜਿਹੜੇ ਗੁਰੂਆਂ ਨੇ ਬਰਦਾਸ਼ਤ ਨਹੀਂ ਕੀਤੀਆਂ ਤੀਆਂ ਗੱਲਾਂ। ਜੇ ਤੁਸੀਂ ਕਿਸੇ ਪੋਲੀਟੀਕਲ ਪਾਰਟੀ ਨਾਲ ਰਲੇ ਹੋ ਤਾਂ ਗਲਤ ਆ, ਤੁਸੀਂ ਸੰਗਤ ਨਾਲ ਰਲੋ। ਅੱਜ ਪੰਜਾਬ ਦੇਖੋ ਕੀ ਹਾਲ ਆ, ਪੰਜਾਬ ਦਾ ਪੰਜਾਬ 'ਚ ਫੀਮ ਦੀ ਸ਼ਰਾਬ ਦੀ। ਮੇਰੀ ਇੱਕ ਹੀ ਬੇਨਤੀ ਆ, ਜੇ ਤੁਸੀਂ ਪੋਲੀਟੀਕਲ ਗੱਲ ਨਹੀਂ ਕਰਨੀ ਸਟੇਜ 'ਤੇ ਤਾਂ ਪੋਲੀਟੀਸ਼ੀਅਨ ਨਾ ਸੱਦੋ ਤੁਸੀਂ। ਜੇ ਤੁਸੀਂ ਪੋਲੀਟੀਸ਼ੀਅਨ ਸੱਦਣੇ ਆ ਤਾਂ ਸਾਡੇ ਵਾਲਿਆਂ ਨੂੰ ਸੱਦੋ, ਕੋਈ ਖੁੱਲ੍ਹੀ ਛੁੱਟੀ ਦੇਵੋ ਬੋਲਣ ਨੂੰ, ਸਰੋਪੇ ਦੇ ਕੇ ਤੁਸੀਂ ਸਾਨੂੰ ਫਾਹਾ ਦਿੰਦੇ ਆ, ਉਹਨਾਂ ਦਾ ਸਰੋਪਾ ਦਿੰਦੇ ਪੋਲੀਟੀਸ਼ੀਅਨ ਨੂੰ ਕਿ ਸਾਨੂੰ ਫਾਹਾ ਸਾਨੂੰ ਹੁੰਦਾ ਪਈ, ਕਿੱਦਾਂ ਜਨਰਲ ਡਾਇਰ ਨੂੰ ਦਿੱਤਾ ਗਿਆ, ਕਿੱਦਾਂ ਸਰੋਪੇ ਦਿੱਤਾ। 550 ਸਾਲਾਂ ਪ੍ਰਕਾਸ਼ ਪੁਰਬ ਨੂੰ ਲੈ ਕੇ ਚਾਰੇ ਪਾਸੇ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ। ਉੱਥੇ ਦੂਸਰੇ ਪਾਸੇ ਇਸ ਮੌਕੇ ਲੱਗਣ ਵਾਲੀਆਂ ਸਿਆਸੀ ਸਟੇਜਾਂ ਨੂੰ ਲੈ ਕੇ ਵੀ ਮਾਮਲਾ ਕਾਫੀ ਭਖਿਆ ਹੋਇਆ। ਇਸ ਮਾਮਲੇ ਤੇ ਖਾਲਸਾ ਏਡ ਰਵੀ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੱਡੀ ਨਸੀਹਤ ਦਿੱਤੀ ਹੈ। ਰਵੀ ਸਿੰਘ ਨੇ ਕਿਹਾ ਕਿ 550 ਸਾਲਾ ਗੁਰਪੁਰਬ ਮੌਕੇ ਤੇ ਲੱਗਣ ਵਾਲੀਆਂ ਸਿਆਸੀ ਸਟੇਜਾਂ ਤੇ ਜਿਹੜੇ ਵੀ ਸਿਆਸਤਦਾਨ ਬੈਠਣਗੇ ਨਾ ਤਾਂ ਉਹਨਾਂ ਨੂੰ ਹਾਰ ਪਾਏ ਜਾਣ ਤੇ ਨਾ ਹੀ ਸਰੋਪਾ ਸਾਹਿਬ, ਕਿਉਂਕਿ ਉਹਨਾਂ ਨੂੰ ਸਰੋਪਾ ਸਾਹਿਬ ਪਾਉਣਾ ਸਿੱਖਾਂ ਦੇ ਗਲ 'ਚ ਫਾਹਾ ਪਾਉਣ ਦੇ ਬਰਾਬਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਅਸੀਂ ਇੱਥੇ ਰਾਖਸ਼ ਖੜ੍ਹੇ ਹਾਂ ਜਿੱਥੇ ਕਾਫੀ ਪ੍ਰੋਬਲਮ ਹੈ, ਮੁਸ਼ਕਲ ਆ ਰਿਫਿਊਜੀਆਂ ਦੇ, ਭਾਈ ਸੀਰੀਆ ਤੋਂ ਆਏ ਆ ਪਿਛਲੇ ਦੋ ਹਫ਼ਤੇ ਵਿੱਚ, ਅਤੇ ਖਾਲਸਾ ਨੇ 6 ਟੈਂਕੀਆਂ ਲਾਈਆਂ ਇੱਥੇ ਵੱਡੀਆਂ, ਸਾਰੇ ਕੈਂਪ ਦੇ ਵਿੱਚ ਪਾਣੀ ਚੱਲਦਾ ਰੋਜ਼ 1,80,000 ਲੀਟਰ ਪਾਣੀ ਵਰਤਾ ਰਹੇ ਹਾਂ ਇਸ ਵੇਲੇ। ਪਰ ਸਾਡੀ ਅੱਜ ਜਿਹੜੀ ਬ੍ਰੋਡਕਾਸਟ ਆ ਉਹ ਸਾਡੀ ਇੱਕ ਸਪੈਸ਼ਲ ਅਪੀਲ ਆ ਸਾਡੇ ਗਿਆਨੀ ਭਾਈ ਸਾਹਿਬ ਹਰਪ੍ਰੀਤ ਸਿੰਘ ਹੁਣਾਂ ਨੂੰ, ਜਦ ਹੁਣ ਅਸੀਂ ਖਾਲਸਾ ਏਡ ਵੱਲੋਂ ਇੱਕ ਨਿੱਕੀ ਜਿਹੀ ਬੇਨਤੀ ਆ, ਕਿਉਂਕਿ ਅਸੀਂ ਤਾਂ ਕੱਖ ਨਹੀਂ ਗਏ, ਕੁਛ ਨਹੀਂ ਗਏ, ਨਾ ਕੋਈ ਚੰਗੇ ਇਨਸਾਨ ਆ, ਪਰ ਇੱਕ ਬੇਨਤੀ ਬਹੁਤ ਜ਼ਰੂਰੀ ਕਰਨੀ ਚਾਹੁੰਦੇ ਆਪਣੇ ਪਰਸਨਲ ਤੌਰ 'ਤੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਕਈ, ਉਹ ਹੈਗੀ ਆ ਹੁਣ ਅਸੀਂ 550 ਸਾਲਾਂ ਮਨਾ ਰਹੇ ਹਾਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ, ਅਤੇ ਸਾਰੀ ਦੁਨੀਆ ਵਿੱਚ ਪ੍ਰੋਗਰਾਮ ਹੋ ਰਹੇ ਆ, ਸਾਰੀ ਦੁਨੀਆ ਵਿੱਚ ਸਾਰੀ ਸਿੱਖ ਸੰਗਤ ਇੱਕ ਦਿਨ ਇਹ ਇੱਕ ਦਿਹਾੜੇ ਨੂੰ ਉਡੀਕਦੇ ਆ, ਪਰ ਇਹਦੇ ਵਿੱਚ ਗਿਆਨੀ ਗੁਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀ ਆ। ਭਾਈ ਸਿੱਖ ਕੌਮ ਨੇ ਤੁਸੀਂ ਕਿਹੜੇ ਰਸਤੇ 'ਚ ਪਾਉਣਾ, ਕਈ ਵਾਰੀ ਅਸੀਂ ਇੱਦਾਂ ਦੀ ਕੋਈ ਗੱਲ ਕਰ ਦਿੰਦੇ ਹਾਂ, ਗੱਲ ਕੌੜੀ ਲੱਗਦੀ ਆ, ਕਈ ਵਾਰੀ ਗੱਲ ਕਰਦੇ ਗੱਲ ਅੱਧੀ ਰਹਿਣ ਦੀ ਵਿੱਚ, ਪਰ ਜਿਹੜੀ ਅਸੀਂ ਗੱਲ ਕਰਦੇ ਸਿੱਧੀ ਗੱਲ ਕਰਨੀ ਆ। ਭਾਈ ਹੁਣ ਤੁਸੀਂ, ਮੈਂ ਕਾਫੀ ਖਬਰਾਂ ਪੜ੍ਹੀਆਂ, ਭਾਈ ਜਦੋਂ 550 ਸਾਲ ਤੁਸੀਂ ਮਨਾਉਣਾ ਉਹਦੇ ਵਿੱਚ ਪੋਲੀਟੀਸ਼ਨ ਆਉਣੇ ਆ, ਪ੍ਰਾਈਮ ਮਿਨਿਸਟਰ ਵੀ ਆਊਗਾ, ਸਾਰੀ ਪਾਰਟੀਆਂ ਵੱਜਦੇ ਪੋਲੀਟੀਕਲ ਬੰਦੇ ਆਊਗੇ, ਪਰ ਉਸ ਸਟੇਜ 'ਤੇ ਮੈਂ ਸੁਣਿਆ ਆ, ਤਾਂ ਸ਼ਾਇਦ ਮੈਂ ਗਲਤ ਹੋਊਂਗਾ, ਤੁਸੀਂ ਕਹਿ ਸਕਦੇ ਹਾਂ ਮੈਂ ਗਲਤ ਹਾਂ, ਕਿਹਾ ਗਿਆ ਵੀ ਉੱਥੇ ਪੋਲੀਟੀਕਲ ਗੱਲ ਨਹੀਂ ਕਰਨੀ ਸਟੇਜ 'ਤੇ। ਪਰ ਜੇ ਤੁਸੀਂ ਪੋਲੀਟੀਸ਼ਨ ਸੱਦ ਰਹੇ ਆ ਅਤੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਜਿਹੜੀ ਗੁਰੂ ਸਾਹਿਬ ਨੇ ਜ਼ੁਲਮ ਦੇ ਖਿਲਾਫ ਗੱਲ ਕੀਤੀ, ਇਨਸਾਨੀਅਤ ਦੀ ਗੱਲ ਕੀਤੀ, ਬੇਇਨਸਾਫੀ ਦੇ ਸਾਹਮਣਾ ਕੀਤਾ, ਤਾਂ ਜਿਹੜੇ ਪੋਲੀਟੀਸ਼ਨ ਉਹ ਸਟੇਜ 'ਤੇ ਆਊਗੇ ਇਹ ਤਿੰਨੇ ਚੀਜ਼ਾਂ ਦੇ ਵਿੱਚ ਕੀ ਕਰ ਰਹੇ ਆ, ਇਨਸਾਨੀਅਤ ਲਈ ਕੀ ਕਰ ਰਹੇ ਆ, ਇਨਸਾਫ ਲਈ ਕੀ ਕਰ ਰਹੇ ਆ, ਅਤੇ ਜ਼ੁਲਮ ਦੇ ਖਿਲਾਫ ਕੀ ਕਰ ਰਹੇ ਆ। ਅੱਜ ਸਾਰੇ ਪਾਸੇ ਪੰਜਾਬ ਕਹਿ ਲਓ, ਕਸ਼ਮੀਰ ਕਹਿ ਲਓ, ਆਸਾਮ ਕਹਿ ਲਓ, ਸਾਰੇ
ਕਸ਼ਮੀਰ ਦੇ ਪੰਡਿਤ ਕਹਿ ਲਓ, ਕਈ ਤਰ੍ਹਾਂ ਦੇ ਲੋਕ ਆ ਇੰਡੀਆ ਦੇ ਵਿੱਚ ਜਿਹੜੇ ਦੁਖੀ ਆ, ਪਰ ਅਸੀਂ ਕਈ ਵਾਰੀ ਡਰਦੇ ਪਏ ਗੱਲ ਨਹੀਂ ਕਰਨੀ। ਸੋ ਇਹਦੇ ਵਿੱਚ ਇਹ ਗੱਲ ਆ ਜਾਂਦੀ ਆ ਕਿ ਜੇ ਤੁਸੀਂ ਇੱਕ ਇੰਨੇ ਮਹਾਨ ਸਾਡਾ ਇੱਕ ਕਹਿ ਲਓ ਭਾਈ ਦੁਨੀਆ ਵਿੱਚ ਇੱਕ ਇੰਸਟੀਟਿਊਸ਼ਨ ਹੈਗਾ ਖਾਲਸਾ ਸਾਹਿਬ ਦਾ, ਤੁਸੀਂ ਵੀ ਸਾਨੂੰ ਖੁਸ਼ੀ ਆ ਭਾਈ ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਪੜ੍ਹੇ ਲਿਖੇ ਆ, ਕਿਉਂਕਿ ਸਾਨੂੰ ਪੜ੍ਹੇ ਲਿਖਿਆਂ ਦੀ ਬਹੁਤ ਲੋੜ ਆ। ਪਰ ਤੁਸੀਂ ਇਹ ਚੈਲੰਜ ਕਰੋ, ਜੇ ਤੁਸੀਂ ਪੋਲੀਟੀਸ਼ਨ ਜਿਹੜੇ ਪਏ ਬੇਇਨਸਾਫੀ ਦੇਖ ਕੇ ਚੁੱਪ ਰਹਿੰਦੇ ਆ, ਜ਼ੁਲਮ ਦੇਖ ਕੇ ਚੁੱਪ ਰਹਿੰਦੇ ਆ, ਅਤੇ ਤੁਸੀਂ ਇੱਕ ਉਹ ਗੁਰੂ ਦੇ ਨਾਂ 'ਤੇ ਉਹਨੂੰ ਸੱਦ ਰਹੇ ਹਾਂ ਜਿਹੜੇ ਗੁਰੂਆਂ ਨੇ ਬਰਦਾਸ਼ਤ ਨਹੀਂ ਕੀਤੀਆਂ ਤੀਆਂ ਗੱਲਾਂ। ਅਸੀਂ ਇੱਥੇ ਕੈਂਪਾਂ 'ਚ ਬੈਠੇ ਹਾਂ, ਇਰਾਕ ਦੇ ਵਿੱਚ ਕੰਮ ਕਰ ਰਹੇ ਹਾਂ ਇਸ ਵੇਲੇ, ਕਿੰਨੀ ਇੱਥੇ ਇਹਨਾਂ ਕੋਲ ਜ਼ੁਲਮ ਹੋਇਆ, ਅਸੀਂ ਖੁੱਲ੍ਹੀ ਗੱਲ ਕਰਦੇ ਹਾਂ। ਤੁਹਾਡੀ ਜ਼ਿੰਮੇਵਾਰੀ ਬਹੁਤ ਵੱਡੀ ਆ, ਜੇ ਤੁਸੀਂ ਕਿਸੇ ਪੋਲੀਟੀਕਲ ਪਾਰਟੀ ਨਾਲ ਰਲੇ ਹੋ ਆ ਤਾਂ ਗਲਤ ਆ, ਤੁਸੀਂ ਸੰਗਤ ਨਾਲ ਰਲੋ। ਤੁਹਾਡਾ ਇੱਕ ਮੌਕਾ ਆਇਆ ਜ਼ਿੰਦਗੀ ਦੇ ਵਿੱਚ ਆਪਣੀ ਕੌਮ ਲਈ, ਇਨਸਾਨੀਅਤ ਲਈ ਕੁਛ ਕਰਨ ਦਾ, ਪੰਜਾਬ ਲਈ ਕੁਛ ਕਰਨ ਦਾ। ਅਸੀਂ ਚਾਹੁੰਦੇ ਹਾਂ ਵੀ ਤੁਸੀਂ ਇੱਕ ਪਾਸੇ ਪੋਲੀਟੀਸ਼ਨ ਸੱਦੋਗੇ, ਦੂਜੇ ਪਾਸੇ ਉਹ ਇਨਸਾਨਾਂ ਨੂੰ ਸੱਦੋ ਜਿਹੜੇ ਵੀ ਇਨਸਾਨੀਅਤ ਦੀ ਗੱਲ ਕਰਦੇ ਆ, ਜਿਹੜੇ ਜ਼ੁਲਮ ਦੇ ਖਿਲਾਫ ਕੰਮ ਕਰਦੇ ਆ, ਜਿਹੜੇ ਹਿਊਮਨ ਰਾਈਟਸ ਦੇ ਮੁੱਦਾ ਚੱਕਿਆ ਆ, ਕਿਉਂਕਿ ਸਾਨੂੰ ਫਾਇਦਾ ਨਹੀਂ ਗਾ, ਚੰਗਾ ਲੱਗਦਾ ਭਾਈ ਉੱਥੇ ਉਹ ਬੈਠੇ ਹੋਗੇ ਸਟੇਜ ਦੇ ਵਿੱਚ ਜਿਹੜੇ ਪੋਲੀਟੀਸ਼ਨ ਗੱਲ ਨਹੀਂ ਕਰਦੇ ਇਨਸਾਫ ਦੀ, ਜਿਹਦੀ ਡਾਂਗ ਉਹਦਾ ਜ਼ੋਰ, ਜਿਹੜਾ ਗਰੀਬ ਉਹਦੀ ਗੱਲ ਨਹੀਂ ਕਰਨੀ। ਗਿਆਨੀ ਜੀ ਤੁਹਾਡਾ ਸਮਾਂ ਹੈਗਾ ਇਸ ਵੇਲੇ, ਤੁਹਾਡੇ ਕੋਲ ਪੋਜੀਸ਼ਨ ਤੁਹਾਡੀ ਬਹੁਤ ਵੱਡੀ ਆ, ਇਹ ਤੁਸੀਂ ਪੋਜੀਸ਼ਨ ਨੂੰ ਇੱਦਾਂ ਵਰਤੋ ਵੀ ਜਿਹੜਾ ਆਮ ਬੰਦਾ, ਜਿਹੜਾ ਆਮ ਇਨਸਾਨ, ਹਿੰਦੂ ਹੋਵੇ, ਸਿੱਖ ਹੋਵੇ, ਮੁਸਲਮਾਨ ਹੋਵੇ, ਈਸਾਈ ਹੋਵੇ, ਡਿੱਗਿਆ ਆ, ਉਹਨੂੰ ਤੁਸੀਂ ਕਿੱਦਾਂ ਚੱਕਣਾ। ਅੱਜ ਪੰਜਾਬ ਦੇਖੋ ਕੀ ਹਾਲ ਆ, ਪੰਜਾਬ 'ਚ ਫੀਮ ਦੀ, ਸ਼ਰਾਬ ਦੀ। ਅਸੀਂ ਨਹੀਂ ਕਹਿੰਦੇ ਜਾ ਕੇ ਤੁਸੀਂ ਕੋਈ ਕੁਛ ਕਰ ਸਕਦੇ ਇਕੱਲੇ, ਪਰ ਤੁਹਾਡੇ ਵਿੱਚ ਬਹੁਤ ਵੱਡੀ ਜ਼ਿੰਮੇਵਾਰੀ, ਤੁਸੀਂ ਇੱਕ ਸੁਨੇਹਾ ਭੇਜ ਸਕਦੇ ਆ, ਤੁਸੀਂ ਸਿਸਟਮ ਤਿਆਰ ਕਰ ਸਕਦੇ ਆ ਪਿੰਡਾਂ ਦੇ ਵਿੱਚ, ਕੋਈ ਜਥੇਦਾਰ ਦਾ ਸਿਸਟਮ ਹੋਵੇ, ਕੋਈ ਹਿਊਮਨ ਰਾਈਟ ਸਿਸਟਮ ਹੋਵੇ, ਕੋਈ ਇੱਦਾਂ ਦੀ 550 ਸਾਲ ਦਾ ਕੋਈ ਪ੍ਰੋਗਰਾਮ ਹੋਵੇ ਜਿਹੜਾ ਭਾਈ ਸਾਡੇ ਪੰਜਾਬ ਨੂੰ ਜਾਂ ਇੰਡੀਆ ਨੂੰ, ਜਿੱਥੇ ਲੋਕ ਇਸ ਵੇਲੇ ਜ਼ੁਲਮ ਥੱਲੇ ਜ਼ੁਲਮ ਸਹਿ ਰਹੇ ਆ, ਉਹਨਾਂ ਲਈ। ਸੋ ਸਾਡੀ ਇਹੀ ਬੇਨਤੀ ਅੱਜ ਆ, ਜੇ ਤੁਸੀਂ ਪੋਲੀਟੀਸ਼ਨ ਸੱਦਣੇ ਆ ਸਟੇਜ 'ਤੇ, ਜਿਹੜੇ ਹਿਊਮਨ ਰਾਈਟਸ ਦੀ ਗੱਲ ਕਰਦੇ ਆ, ਇਨਸਾਨੀਅਤ ਦੀ ਗੱਲ, ਉਹਨੂੰ ਵੀ ਸੱਦੋ, ਬਰਾਬਰ ਤਾਂ ਹੋਵੇ। ਤੁਸੀਂ ਕਹਿ ਨਹੀਂ ਸਕਦੇ ਭਾਈ ਸਟੇਜ 'ਤੇ ਪੋਲੀਟੀਕਲ ਗੱਲ ਨਹੀਂ ਕਰਨੀ ਜੇ ਤੁਸੀਂ ਪੋਲੀਟੀਸ਼ਨ ਸੱਦਣੇ ਆ, ਪੋਲੀਟੀਸ਼ਨ ਦਾ ਮਤਲਬ ਤੁਸੀਂ ਸਟੇਜ ਨੂੰ ਪੋਲੀਟੀਕਲ ਬਣਾ ਦਿੱਤਾ। ਫਿਰ ਮੇਰੀ ਇੱਕ ਹੀ ਬੇਨਤੀ ਆ, ਜੇ ਤੁਸੀਂ ਪੋਲੀਟੀਕਲ ਗੱਲ ਨਹੀਂ ਕਰਨੀ ਸਟੇਜ 'ਤੇ ਤਾਂ ਪੋਲੀਟੀਸ਼ਨ ਨਾ ਸੱਦੋ ਤੁਸੀਂ, ਅਤੇ ਜੇ ਤੁਸੀਂ ਪੋਲੀਟੀਸ਼ਨ ਸੱਦਣੇ ਆ ਤਾਂ ਸਾਡੇ ਵਾਲਿਆਂ ਨੂੰ ਸੱਦੋ ਕਿ ਖੁੱਲ੍ਹੀ ਛੁੱਟੀ ਦੇਵੋ ਬੋਲਣ ਦੀ। 550 ਸਾਲ ਇਹਨੇ ਭਾਈ, ਕੋਈ 549 ਸਾਲ ਤੋਂ ਕੋਈ ਡਿਫਰੈਂਟ ਆ। ਸੋ ਇਹਦੇ ਵਿੱਚ ਸਾਨੂੰ ਬੜਾ ਦੁੱਖ ਹੁੰਦਾ ਭਾਈ, ਕਈ ਵਾਰੀ ਸਾਡੇ ਜਥੇਦਾਰ ਆਉਂਦੇ, ਜਥੇਦਾਰ ਇੰਨੇ ਵੱਡੇ ਇੰਸਟੀਟਿਊਸ਼ਨ ਦੇ ਖਾਲਸਾ ਸਾਹਿਬ ਦੇ, ਪੋਲੀਟੀਕਲ ਲੀਨਿੰਗ ਉਹਨਾਂ ਦੀ ਹੁੰਦੀ ਆ। ਜੇ ਤੁਹਾਡੀ ਕੋਈ ਪੋਲੀਟੀਕਲ ਲੀਨਿੰਗ ਹੈਗੀ ਆ, ਮੈਂ ਤੁਹਾਨੂੰ ਇਹੀ ਬੇਨਤੀ ਕਰਦਾ, ਤੁਸੀਂ ਪੰਥ ਦੀ ਪੋਲੀਟੀਕਲ ਲੀਨਿੰਗ ਫੜੋ, ਇਨਸਾਨੀਅਤ ਦੀ ਫੜੋ। ਇਹ 550 ਸਾਲ ਦੀ ਇੱਕ ਇੱਦਾਂ ਦੀ ਮਿਸਾਲ, ਕੋਈ ਇੱਦਾਂ ਦੀ ਕੋਈ ਸ਼ੁਰੂ ਕਰੋ ਜਿਹੜੀ ਭਾਈ ਇਨਸਾਨੀਅਤ ਦਾ ਪੰਜਾਬ ਦੇ ਵਿੱਚ ਇੱਕ ਲਹਿਰ ਚੱਲੇ, ਅਤੇ ਦੁਨੀਆ ਵਿੱਚ ਸਾਨੂੰ ਲੱਗਿਆ ਪਤਾ ਵੀ ਸਾਡੇ ਲੀਡਰ ਵਿਕੇ ਨਹੀਂ ਗਏ, ਸਾਡੇ ਲੀਡਰ ਕੋਈ ਪੋਲੀਟੀਕਲ ਪਾਰਟੀ ਨਹੀਂ ਗਏ। ਅਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਨਾ ਖਿਲਾਫ ਨਾ ਕਿਸੇ ਨਾਲ, ਸਾਰੇ ਸੇਮ ਮੇਰੇ ਲਈ ਆ, ਪੋਲੀਟਿਕਸ ਸਾਨੂੰ ਫੇਲ ਕੀਤਾ ਪਿਆ ਆ। ਹੁਣ ਮੈਂ ਤੁਹਾਨੂੰ ਚਿੱਠੀ ਪਾਉਣੀ ਸੀਗੀ, ਮੈਂ ਹਫ਼ਤਾ ਹੋ ਗਿਆ ਮੈਂ ਲਿਖੀ ਉਹ ਆ, 2 ਹਫ਼ਤੇ ਹੋ ਗਏ ਲਿਖੀ ਨੂੰ, ਪਰ ਮੈਂ ਇੱਧਰ ਆ ਗਿਆ ਰਾਤ ਦੇ ਵਿੱਚ, ਉੱਥੇ ਰਹਿ ਗਈ ਆ। ਅੱਜ ਮੈਂ ਸਪੈਸ਼ਲ ਅਪੀਲ ਕਰ ਰਿਹਾ ਕਿਉਂਕਿ ਟਾਈਮ ਬਹੁਤ ਘੱਟ ਸੀਗਾ। ਸੋ 550 ਸਾਲ ਗੁਰੂ ਨਾਨਕ ਦੇਵ ਜੀ ਦਾ ਇੱਦਾਂ ਮਨਾਇਆ ਜਾਵੇ,
ਬਸ ਖਰੀ ਕੋਈ ਕੁਛ ਨਾ ਕੁਛ ਦੁਨੀਆ 'ਚ ਲੱਗੇ ਪਤਾ ਸਿੱਖ ਕੌਣ ਆ ਪੰਜਾਬ ਦੇ ਵਿੱਚ ਇੱਕ ਲਹਿਰ ਸ਼ੁਰੂ ਹੋਵੇ ਪੰਜਾਬ ਦੀ ਸਫਾਈ ਲਈ ਇਨਸਾਫ ਲਈ ਜ਼ੁਲਮ ਖਿਲਾਫ ਹੋਵੇ ਜਿਹੜੇ ਭਾਈ ਜੇਲ੍ਹ ਚੱਕ ਚੱਕ ਕੇ ਮਾਰੀ ਜਾਣਾ ਕੁੱਟਮਾਰ ਹੁੰਦੀ ਆ ਲੁੱਟਮਾਰ ਹੁੰਦੀ ਆ ਤੁਹਾਡਾ ਬਹੁਤ ਵੱਡਾ ਰੋਲ ਇਹਦੇ ਵਿੱਚ ਆ ਖਾਲਸਾ ਏਡ ਅਸੀਂ ਪਰਸਨਲੀ ਸਾਡੀ ਟੀਮ ਅਮਰਪ੍ਰੀਤ ਸਿੰਘ ਹੁਣੀ ਪੰਜਾਬ ਵਾਲੇ ਆ ਅਸੀਂ ਤੁਹਾਨੂੰ ਖੜ੍ਹੇ ਹੋਵਾਂਗੇ ਅਸੀਂ ਵੀ ਤੁਹਾਡੇ ਨਾਲ ਖੜ੍ਹੇ ਹੋ ਕੇ ਆਪਣਾ ਐਕਸਪੀਰੀਅੰਸ ਜੋ ਆ ਸਾਂਝਾ ਕਰਕੇ ਤੁਹਾਡੇ ਨਾਲ ਤੁਰਨ ਨੂੰ ਤਿਆਰ ਹਾਂ ਜੇ ਪੰਜਾਬ ਦੀ ਤੁਸੀਂ 550 ਸਾਲ ਮਨਾਉਣਾ ਪੰਜਾਬ ਦਾ ਕਿੱਦਾਂ ਫਾਇਦਾ ਹੋਵੇ ਇੱਕ ਪਾਸੇ ਅਸੀਂ ਧੂਮ ਧਾਮ ਮਨਾ ਰਹੇ ਹਾਂ ਉਹਨਾਂ ਪੋਲੀਟੀਸ਼ੀਅਨ ਸੱਦ ਕੇ ਜਿਹੜੇ ਜ਼ੋਮ 'ਚ ਚੁੱਪ ਰਹਿੰਦੇ ਆ ਜਿਹੜੇ ਐਕਚੁਲੀ ਗੋਰੇ ਕਹਿੰਦੇ ਹੁੰਦੇ ਨਾ ਇਫ ਯੂ ਰਿਮੇਨ ਸਾਇਲੈਂਟ ਔਨ ਇਨਜਸਟਿਸ ਯੂ ਪਾਰਟ ਆਫ ਦਾ ਇਨਜਸਟਿਸ ਜੇ ਤੁਸੀਂ ਚੁੱਪ ਚਾਪ ਰਹਿਣਾ ਆ ਜਿਹੜੇ ਪੋਲੀਟੀਸ਼ੀਅਨਾਂ ਨੇ ਇੰਨੀ ਬੇਇਨਸਾਫੀ ਦੇਖ ਕੇ ਜ਼ੁਲਮ ਦੇਖ ਕੇ ਉਹ ਵੀ ਉਹ ਉਹਨਾਂ ਦਾ ਹਿੱਸਾ ਹੁੰਦੇ ਆ ਜ਼ੁਲਮ ਕਰਨ ਵਾਲੇ ਸੋ ਜਾਂ ਤੁਸੀਂ ਨਾ ਸੱਦੋ ਪੋਲੀਟੀਸ਼ੀਅਨਾਂ ਨੂੰ ਤਾਂ ਜੇ ਸੱਦਣਾ ਤੁਹਾਨੂੰ ਪੋਲੀਟੀਕਲ ਗੱਲ ਕਰਨੀ ਪੈਣੀ ਉਹ 'ਚ ਮੀਰੀ ਪੀਰੀ ਆ ਜਾਂਦੀ ਆ ਇਹਦੇ ਵਿੱਚ ਹਿਊਮਨ ਰਾਈਟਸ ਦੀ ਗੱਲ ਆ ਜਾਂਦੀ ਆ ਗੁਰੂ ਨਾਨਕ ਦੇਵ ਜੀ ਸਾਡੇ ਨਾਲ ਕਦੀ ਸਹਿਮਤ ਨਹੀਂ ਹੋਊਗੇ ਜੇ ਅਸੀਂ ਮੁਗਲਾਂ ਦੇ ਰਾਜੇ ਉਸ ਵੇਲੇ ਸਟੇਜ 'ਤੇ ਬਿਠਾ ਦਿੰਦੇ ਅਤੇ ਇਹ ਰਾਜੇ ਬੋਲੂਗੇ ਜਿਹੜੇ ਸਾਡੇ ਉੱਪਰ ਬੇਇਨਸਾਫੀ ਜ਼ੁਲਮ ਕਰ ਰਹੇ ਆ ਪਰ ਜਿਹੜੇ ਸੇਵਾ ਕਰ ਰਹੇ ਮੋਹਰੇ ਕਰਕੇ ਇਨਸਾਨੀਅਤ ਤੌਰ 'ਤੇ ਜਾਂ ਹਿਊਮਨ ਰਾਈਟਸ ਦੇ ਕਿੰਨੇ ਗਰੁੱਪ ਹੈਗੇ ਸਾਡੇ ਪੰਜਾਬ 'ਚ ਨੌਜਵਾਨ ਹੈਗੇ ਕੁੜੀਆਂ ਮੁੰਡੇ ਹੈਗੇ ਉਹ ਨਹੀਂ ਬੋਲ ਸਕਦੇ ਸੋ ਸਾਡੀ ਇਹੀ ਬੇਨਤੀ ਆ ਆਪਣਾ ਜਿਹੜਾ ਤੁਹਾਡੀ ਜ਼ਿੰਮੇਵਾਰੀ ਸੰਭਾਲੋ ਸਿੱਖ ਕੌਮ ਦੀ ਬਾਂਹ ਫੜੋ ਪੰਜਾਬ ਨੂੰ ਸਵਾਰੀਏ ਤੁਹਾਡੇ ਨਾਲ ਅਸੀਂ ਖੜ੍ਹੇ ਹੋਵਾਂਗੇ ਪਰ ਮੈਨੂੰ ਦੁੱਖ ਹੋਊਗਾ ਪਰਸਨਲੀ ਮੇਰਾ ਘਰ ਸਾਡੇ ਨਾਲ ਜਿਹੜੇ ਸੰਗਤ ਉਹਨੂੰ ਵੀ ਦੁੱਖ ਹੋਊਗਾ ਜੇ ਪੋਲੀਟੀਸ਼ੀਅਨ ਸਾਡੇ ਆਏ ਆ ਜਿਹੜੇ ਮਰਜ਼ੀ ਪੋਲੀਟੀਸ਼ੀਅਨ ਹੋਵੇ ਆਪਣੀਆਂ ਜਾ ਕੇ ਗੱਲਾਂ ਬਾਤਾਂ ਕਰਕੇ ਆਪਣੇ ਫੀਤੇ ਬਣਾ ਗਏ ਆਪਣੇ ਪ੍ਰਮੋਸ਼ਨ ਕਰ ਗਏ ਪਰ ਜਿਹੜੇ ਭਾਈ ਇਨਸਾਨੀਅਤ ਦੀ ਗੱਲ ਕਰਦੇ ਪਈ ਜੇ ਗੁਰੂ ਨਾਨਕ ਦੇਵ ਜੀ ਦਾ ਮੈਸੇਜ ਸਰਬੱਤ ਦਾ ਭਲਾ ਹੋਵੇ ਜਾਂ ਹਿਊਮਨ ਰਾਈਟਸ ਦੀ ਇਸ਼ੂ ਹੋਵੇ ਉਹਨੂੰ ਤੁਸੀਂ ਕਹਿੰਦੇ ਸਟੇਜ ਨਹੀਂ ਆ ਸਕਦੇ ਜੇ ਆ ਵੀ ਗਏ ਸਟੇਜ 'ਚ ਤੁਸੀਂ ਨੱਥ ਪਾਓਗੇ ਉਹਨਾਂ ਨੂੰ ਤੁਸੀਂ ਆਹ ਨਹੀਂ ਗੱਲ ਕਰਨੀ ਤੁਸੀਂ ਉਹ ਨਹੀਂ ਗੱਲ ਕਰਨੀ ਜਿਹੜੇ ਕੋਈ ਆਹ ਹੀ ਹਿਊਮਨ ਰਾਈਟਸ ਦੀ ਅਪੀਲ ਨਹੀਂ ਕੋਈ ਕਸ਼ਮੀਰ ਦੀ ਗੱਲ ਨਹੀਂ ਕਰਨੀ ਅਸਾਮ ਦੀ ਗੱਲ ਕਰਨੀ ਕਸ਼ਮੀਰੀ ਪੰਡਿਤ ਦੀ ਗੱਲ ਨਹੀਂ ਕਰਨੀ 84 ਦੀ ਗੱਲ ਨਹੀਂ ਕਰਨੀ ਫਿਰ ਗਲਤ ਆ ਫਿਰ ਅਸੀਂ ਬਹੁਤ ਦੂਰ ਹਾਂ ਗੁਰੂ ਤੋਂ ਸਾਡੀ ਇਹ ਬੇਨਤੀ ਆ ਮੈਂ ਉਹੀ ਤੁਹਾਨੂੰ ਪਹਿਲਾਂ ਅਸੀਂ ਕੱਖ ਨਹੀਂ ਗਏ ਵੀ ਤੁਸੀਂ ਆਪਣਾ ਰੋਲ ਨਿਭਾਓ ਜਿਹੜੀ 550 ਸਾਲ ਆ ਇੱਕ ਇੰਨੀ ਲਹਿਰ ਪੈਦਾ ਹੋਵੇ ਅਸੀਂ ਜ਼ੁਲਮ ਦੇ ਖਿਲਾਫ ਬੇਇਨਸਾਫੀ ਦੇ ਖਿਲਾਫ ਜੀਵਾਂ ਦਾ ਹੱਥ ਫੜੀਏ ਜਿਹਨਾਂ ਦਾ ਕੋਈ ਹੈ ਨਹੀਂ ਗਾ ਜੇ ਸਾਡੇ ਗੁਰੂ ਸਾਹਿਬ ਦੇਹ ਧਾੜੀ ਸਾਡੇ ਨਾਲ ਇਸ ਵੇਲੇ ਸਾਡੇ ਖੜ੍ਹੇ ਹੁੰਦੇ ਇਸ ਵੇਲੇ ਉਹ ਕੀ ਦੇਖਦੇ ਸੋ ਮੇਰਾ ਖਿਆਲ ਇਹਦੇ ਵਿੱਚ ਕਈ ਵਾਰੀ ਸਾਡੀ ਪੰਜਾਬੀ ਵੀ ਬਹੁਤ ਲਿਮਿਟਡ ਆ ਬਹੁਤ ਘੱਟ ਆ ਸੋ ਸਾਡਾ ਇਹੀ ਸਾਡਾ ਮੈਸੇਜ ਆ ਜੇ ਸਟੇਜਾਂ 'ਤੇ ਤੁਸੀਂ ਪੋਲੀਟੀਸ਼ੀਅਨ ਨੂੰ ਹਾਰ ਪਾਉਣੇ ਆ ਬਿਲਕੁਲ ਗਲਤ ਆ ਕਿਸੇ ਪੋਲੀਟੀਸ਼ੀਅਨ ਨੂੰ ਹਾਰ ਨਹੀਂ ਪਾਉਣੇ ਸਰੋਪਾ ਵੀ ਨਹੀਂ ਦੇਣਾ ਕਿਸੇ ਪੋਲੀਟੀਸ਼ੀਅਨ ਨੂੰ ਕਿਹੜੀ ਮਰਜ਼ੀ ਪਾਰਟੀ ਦਾ ਹੋਵੇ ਮੈਨੂੰ ਕੋਈ ਫਰਕ ਨਹੀਂ ਕਿਸੇ ਨੂੰ ਦੁੱਖ ਲੱਗਾ ਹੋਵੇ ਸਰੋਪੇ ਦੇ ਕੇ ਤੁਸੀਂ ਸਾਨੂੰ ਫਾਹਾ ਦਿੰਦੇ ਆ ਉਹਨਾਂ ਦਾ ਸਰੋਪਾ ਦਿੰਦੇ ਪੋਲੀਟੀਸ਼ੀਅਨਾਂ ਨੂੰ ਕਿ ਸਾਨੂੰ ਫਾਹਾ ਸਾਨੂੰ ਹੁੰਦਾ ਭਾਈ ਕਿੱਦਾਂ ਜਨਰਲ ਡਾਇਰ ਨੂੰ ਦਿੱਤਾ ਗਿਆ ਕਿੱਦਾਂ ਸਰੋਪੇ ਦਿੰਦੇ ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀ ਆ ਤੁਹਾਡੇ ਨਾਲ ਅਸੀਂ ਖੜ੍ਹੇ ਹਾਂ ਤੁਸੀਂ ਕਦਮ ਚੱਕੋ ਪੰਜਾਬ ਦੇ ਵਿੱਚ ਇੱਕ ਕਦਮ ਤੁਸੀਂ ਚੱਕੋਗੇ 10 ਕਦਮ ਸੰਗਤ ਚੱਕੂਗੀ ਤੁਹਾਡੇ ਨਾਲ ਹੁਣ ਦੇਖਣਾ ਹੋਵੇਗਾ ਕਿ ਖਾਲਸਾ ਏਡ ਰਵੀ ਸਿੰਘ ਦੀ ਇਸ ਅਪੀਲ ਨੂੰ ਗਿਆਨੀ ਹਰਪ੍ਰੀਤ ਸਿੰਘ ਕਿਵੇਂ ਲੈਂਦੇ ਨੇ ਕਿ ਸਿਆਸਤਦਾਨਾਂ ਦੇ ਗੱਲ 'ਚ ਸਰੋਪਾ ਸਾਹਿਬ ਪਾਇਆ ਜਾਵੇਗਾ ਜਾਂ ਨਹੀਂ ਇਸੇ ਹੁਣ ਸਭ ਦੀਆਂ ਨਜ਼ਰਾਂ ਟਿਕੀਆਂ ਹੋਣਗੀਆਂ ਬਿਊਰੋ ਰਿਪੋਰਟ ਚੈਨਲ ਪੰਜਾਬ ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ